ਹਾਂਜੀ, ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਉਹਨਾਂ ਦਿਨ ਦੇ ਵੱਜੇ ਪਏ ਆ, 11:15 ਦਾ ਟਾਈਮ ਹੈ ਅਤੇ ਧੁੱਪ ਬਹੁਤ ਕੜਾਕੇ ਦੀ ਚੜ੍ਹੀ ਜੇ ਪਈ ਆ। ਅਤੇ ਪ੍ਰਦੀਪ ਮੈਨੂੰ ਕਹਿੰਦਾ, ਮੰਮੀ ਆਪਾਂ ਵੀਡੀਓ ਤਿਆਰ ਕਰੀਏ। ਅਤੇ ਉਹ ਆਉਂਦਾ ਅੰਬ ਚੱਕੀ, ਅਤੇ ਇਹ ਕਹਿੰਦਾ, ਮੰਮੀ ਅੰਬ ਆਪਾਂ ਅੰਬ ਕੱਟ ਵੀ ਇਹਦਾ ਚਾਰ ਪਾਵਾਂਗੇ ਨਾ, ਉਹਦੀ ਵੀਡੀਓ ਪਾਈਏ। ਮੈਂ ਆਖਿਆ ਚੱਲ ਕੋਈ ਨਾ ਪਾ ਦਿੰਦੇ ਹਾਂ ਵੀਡੀਓ, ਪਰ ਮੇਰੀ ਇੰਨੀ ਢੂਈ ਦੁਖੀ ਜਾਂਦੀ ਹੈ ਨਾ, ਮੈਨੂੰ ਕੁਰਸੀ 'ਤੇ ਵਾਇਆ ਵਾ। ਅਤੇ ਮੈਂ ਹਾਂ ਸਾਫ 'ਤੇ ਪਹਿਲਾਂ ਇੱਕ ਪਾਣੀ ਨਾ ਧੋਲਾ, ਫਿਰ ਦੂਜਾ ਪਾਣੀ ਹੋਰ ਕੱਢੀ, ਆਈ ਥੈਲੀ ਪਾ ਲੈਣਾ ਵਿੱਚ। ਅਤੇ ਇਹ ਕਹਿੰਦਾ ਨਾ ਆਪਾਂ ਅੰਬ ਦਾ ਚਾਰ ਪਾਈਏ, ਅੱਜ ਇਸੇ ਦੀ ਵੀਡੀਓ ਪਾ ਦਿੰਦੇ ਹਾਂ। ਮੈਂ ਕਿਹਾ ਚਲੋ ਦੇਖਦੀ ਹਾਂ, ਹੁਣੇ ਮੈਂ ਦਵਾਈ ਲੈ ਕੇ ਬੈਠੀ ਹਾਂ। ਅਤੇ ਪਤਾ ਨਹੀਂ ਐਰਕੀ ਮੇਰੀ ਢੂਈ ਨੂੰ ਕੀ ਹੋਇਆ, ਵਾਰ ਵਾਰ ਇਹ ਦੁਖਣ ਲੱਗ ਜਾਂਦੀ ਹੈ। ਮੇਰੀ ਕਦੇ ਢੂਈ ਨਹੀਂ ਸੀ ਐਂ ਦੁਖੀ, ਮਾੜਾ ਮੋਟਾ ਤਾਂ ਹੋ ਜਾਂਦਾ ਹੁੰਦਾ, ਪਰ ਜ਼ਿਆਦਾ ਨਹੀਂ ਐਂ ਦੁਖੀ ਸੀ ਕਦੇ। ਇਹ ਪਾਣੀ ਡੋਲ ਦੇ, ਇਹ ਡੋਲ ਹੈ। ਅਤੇ ਕੱਲ੍ਹ ਨਾ ਮੈਂ ਜਿਹੜੇ ਅੰਬ ਲੈ ਕੇ ਆਈ ਸੀ ਉਹ ਆਹ ਸੀਗੇ, ਅਤੇ ਮੈਨੂੰ ਸਮਝ ਨਹੀਂ ਲੱਗੀ ਕੱਲ੍ਹ ਅੰਬ ਇਹ ਹੈ ਤਾਂ ਮਤਲਬ ਟੈਟ, ਅਤੇ 20 ਰੁਪਏ ਕਿਲੋ ਮਿਲੇ ਆ ਮੈਨੂੰ ਇਹ। ਮੈਂ ਜ਼ਿਆਦਾ ਨਹੀਂ ਲਿਆਈ ਗਈ, ਅੱਗੇ ਤਾਂ ਮੈਂ 7 ਕਿਲੋ ਅੰਬ ਪਾ ਦਿੰਦੀ ਹੁੰਦੀ ਹਾਂ, 7-8 ਕਿਲੋ ਹਾਂ ਡੋਲ ਦੇਣ। ਅਤੇ ਐਰਕੀ ਤਾਂ ਮੈਂ 2 ਕਿਲੋ ਲਿਆਈ ਹਾਂ, ਮੈਂ ਵੇਹਨੀ ਇਹ ਕੱਟ ਕੇ, ਜੇ ਸਹੀ ਨਿਕਲੇ ਤਾਂ ਫਿਰ ਮੈਂ ਹੋਰ ਲੈ ਕੇ ਆਊਂਗੀ। ਅਤੇ ਇੱਕ ਵਾਰੀ ਅਚਾਰ ਪਾ ਲਈਏ ਨਾ, ਫਿਰ ਸਾਲ ਭਰ ਆਪਾਂ ਮੌਜ ਕਰਦੇ ਹਾਂ। ਵਿੱਚ ਵਿੱਚ ਦੀ ਮਿਰਚਾਂ ਦਾ ਅਚਾਰ ਪਾਤਾ, ਕਦੇ ਨਿੰਬੂ ਪਾਤੇ, ਕਦੇ ਗਾਜਰਾਂ ਪਾਤੀਆਂ, ਸਿਆਲਾਂ 'ਚ ਤਾਂ ਐਂ ਚੱਲ ਜਾਂਦਾ। ਇੱਕ ਵਾਰੀ ਹੁਣ ਅਚਾਰ ਪਾਉਣਾ ਪੈਣਾ, ਹਲੇ ਪਿਆ ਥੋੜ੍ਹਾ ਜਿਹਾ ਗਏ ਸਾਲ ਵਾਲਾ, ਬਹੁਤ ਬਾਹਲਾ ਨਹੀਂ। ਹਾਂ ਇਹ 'ਚ ਪਾਣੀ ਹੋਰ ਪਾ, ਆਹ ਦੇਖੋ ਇੱਕ ਵਾਰੀ ਤਾਂ ਪ੍ਰਦੀਪ ਲੈ ਆਇਆ ਇਹਨਾਂ ਨੂੰ ਧੋ ਕੇ। ਅਤੇ ਮੈਂ ਨਾ ਲੇਸਵੇ ਦਾ ਅਚਾਰ ਵੀ ਪਾਇਆ ਸੀ, ਅਤੇ ਉਹ ਥੋੜ੍ਹਾ ਜਿਹਾ ਮੇਰੀ ਭੈਣ ਆਈ ਸੀ ਜਿਹੜੀ ਤੁਸੀਂ ਲਾਈਵ 'ਚ ਦੇਖਦੇ ਹੁੰਦੇ ਹੋ, ਹਰਦੀਪ ਭੈਣ ਮੇਰੀ, ਉਹਨੂੰ ਮੈਂ ਦੇ ਤਾ ਲੇਸਵੇ ਦਾ ਅਚਾਰ। ਉਹ ਵੀ ਟੇਸਟੀ ਬਣਦਾ, ਪਰ ਮੈਂ ਕੋਈ ਵੀ ਅਚਾਰ ਨਹੀਂ ਖਾ ਪਾਉਂਦੀ ਗੀ, ਮੇਰਾ ਗਲਾ ਉਦੋਂ ਹੀ ਖਰਾਬ ਹੋ ਜਾਂਦਾ, ਕਿ ਮੈਨੂੰ ਹੈਗੀ ਥਾਇਰਾਇਡ ਦੀ ਬਿਮਾਰੀ, ਇਸ ਕਰਕੇ ਮੈਂ ਜ਼ਿਆਦਾ ਖੱਟਾ ਨਹੀਂ ਖਾ ਸਕਦੀ। ਨਹੀਂ ਬਸ ਬਸ, ਹੁਣ ਇਹਨੂੰ ਕੱਪੜੇ 'ਤੇ ਕਿਸੇ 'ਤੇ ਖਿਲਾਰ ਦੇ, ਕੱਪੜਾ ਲੈ ਲਾ ਕੋਈ ਉਹਦੇ 'ਤੇ ਖਿਲਾਰ ਦੇ। ਹਾਂ ਇਹ ਠੀਕ ਆ, ਇਹ 'ਤੇ ਵਿਛਾ ਦੇ, ਪਾ ਦੇ ਅੰਬ, ਫਿਰ ਬਾਅਦ 'ਚੋਂ ਕੱਟ ਲੈਂਦੇ ਹਾਂ। ਹੈਂ ਚਾਲੂ ਆ, ਵਿਛਾ ਕੇ ਧੁੱਪੇ ਹਾਂ ਕਰਕੇ ਨਾ, ਅਤੇ ਨਹੀਂ ਨਹੀਂ ਉੱਤੇ ਨਹੀਂ ਬਹਿਣਾ ਪੁੱਤ, ਗਰਮੀ ਬਹੁਤ ਆ, ਅਤੇ ਗਰਮੀ ਦੇ ਵਿੱਚ ਆਪਾਂ ਤਾਂ ਅੰਦਰ ਫਿਰ ਵੜ ਕੇ ਬਹਿ ਜਾਂਦੇ ਹਾਂ। ਪੁੱਛੋ ਵਿਚਾਰੇ ਜਾਨਵਰਾਂ ਦਾ, ਜਿਹੜੇ ਬਾਹਰ ਫਿਰਦੇ ਆ ਉਹਨਾਂ ਦਾ ਪਿੰਡਾ ਸੜ ਜਾਂਦਾ, ਜਿਹੜੇ ਧੁੱਪ 'ਚ ਕੰਮ ਕਰਦੇ ਫਿਰਦੇ ਉਹਨਾਂ ਵਿਚਾਰਿਆਂ ਦਾ ਕੀ ਹਾਲ ਹੁੰਦਾ। ਅਤੇ ਗਰਮੀ ਦੇ ਵਿੱਚ ਆਪਾਂ ਨੂੰ ਤਾਂ ਪੱਖੇ ਕੂਲਰ ਕੁਛ ਵੀ ਆਪਾਂ ਅੰਦਰ ਲਾ ਕੇ ਬਹਿ ਜਾਂਦੇ, ਚਾਹੇ ਤੱਤੀ ਹਵਾ ਦੇਈ ਜਾਂਦੇ ਆ, ਪੱਖੇ ਫਿਰ ਵੀ ਅੰਦਰ ਮੌਜ ਤਾਂ ਹੈਗੀ ਹੈ ਨਾ। ਖਿਲਾਰ ਕੇ ਜੇ ਪਾ ਦੀ, ਇੱਕ ਤਾਂ ਨਾ ਮੇਰੀ ਢੂਈ ਨੂੰ ਪਤਾ ਨਹੀਂ ਕੀ ਹੋ ਗਿਆ, ਮੈਂ ਮਾੜਾ ਜਿਹਾ ਵੀ ਮੁੜਦੀਆਂ ਵਲ ਜਿਹਾ ਪੈ ਜਾਂਦਾ, ਨਾੜਾਂ ਜਿਹੀਆਂ ਚੜ੍ਹੀ ਜਾਂਦੀਆਂ, ਇਵੇਂ ਮੇਰੇ ਹੱਥ ਮੁੜੀ ਜਾਂਦੇ ਆ, ਮੇਰੇ ਪੈਰ ਵੀ ਮੁੜੀ ਜਾਂਦੇ ਆ, ਪਤਾ ਹੀ ਨਹੀਂ ਕੀ ਹੋ ਗਿਆ ਮੈਨੂੰ। ਅਤੇ ਮੈਥੋਂ ਤਾਂਹੀਓ ਅੱਜ ਵੀਡੀਓ ਬਣਾਉਣ ਦਾ ਮਨ ਨਹੀਂ ਸੀ। ਪ੍ਰਦੀਪ ਕਹਿੰਦਾ ਨਾ, ਮੰਮੀ ਛੋਟੀ ਜਿਹੀ ਵੀਡੀਓ ਤਾਂ ਪਾਈਏ, ਗੈਪ ਨਹੀਂ ਪਾਉਂਦੇ। ਮੈਂ ਕਿਹਾ ਚਲੋ ਕੋਈ ਨਾ, ਅਚਾਰ ਵਾਲੀ ਵੀਡੀਓ ਆਪਾਂ ਪਾ ਦਿੰਦੇ ਹਾਂ। ਅਤੇ ਆਹ ਦੇਖੋ ਆਹ ਦੇਖੋ ਆਪਾਂ, ਇਹ 2 ਕਿਲੋ ਅੰਬ ਹੈ, ਅਤੇ ਇਹ ਨਾ ਹੈ ਤਾਂ ਮੈਂ ਆਪਦੇ ਜਣੇ ਹੱਥਾਂ ਨਾਲ ਚੈੱਕ ਕਰ ਕਰਕੇ ਲਿਆਈ ਆ, ਟੈਟ ਵਾਲੇ ਅੰਬ ਆ, ਟੈਟ ਹੈ, ਜੇ ਸਹੀ ਨਿਕਲੇ ਨਾ ਕੱਟੇ ਤੋਂ ਫਿਰ ਹੋਰ ਲਿਆਉਂਗੀ। ਚੱਲ ਆ ਪਾਣੀ ਉੱਧਰ ਪਾ ਦੇ ਪੇੜਾਂ ਨੂੰ।
ਵਾਇਰਲ ਕਰਨ ਵਾਸਤੇ ਕੈਮਰਾ ਤੇਰੇ ਤੇ ਰੱਖਿਆ, ਮੇਰੀ ਤਾਂ ਢੂਈ ਦੁਖੀ ਜਾਂਦੀ ਹੈ, ਮੈਂ ਇੱਥੇ ਤਾਂ ਸਿੱਧੀ ਤੁਰਿਆ ਨਹੀਂ ਜਾਂਦਾ, ਤਾਂ ਨਹੀਂ ਮੈਂ ਆਪਦੇ 'ਤੇ ਕੈਮਰਾ ਕਰੀ ਜਾਂਦੀ। ਜਿੱਦਣ ਮੈਂ ਵਾਇਰਲ ਹੋ ਗਿਆ ਨਾ, ਫਿਰ ਮੈਂ ਆਪਣੇ ਘਰ ਮਤਲਬ ਵਧੀਆ ਜਹਾਜ਼ ਲੈਣਾ ਉਸ ਦਿਨ। ਲੈ ਲਈ ਜਹਾਜ਼, ਲੈ ਲਈ ਉੱਪਰ ਦੀ ਲੈ ਕੇ ਜਾਇਆ ਕਰੂੰਗਾ ਜਹਾਜ਼। ਕੋਈ ਨਹੀਂ, ਲੈ ਜਾ ਕਰੀ, ਫਿਰ ਮੈਂ ਆਵਾਜ਼ਾਂ ਮਾਰ ਮਾਰ ਕੇ ਕਿਹਾ ਕਰੂੰਗੀ ਨਾ। ਪ੍ਰਦੀਪ ਥੱਲੇ ਵੀ ਵੇਖ ਲਾ, ਤੇਰੀ ਮਾਂ ਵੀ ਹੈਗੀ ਇੱਥੇ ਰਹਿੰਦੀ, ਤੇਰਾ ਪਿਓ ਵੀ, ਤੇਰਾ ਭਰਾ ਭਾਬੀ ਵੀ ਹੈ, ਸਾਰਾ ਟੱਬਰ ਹੈ। ਹਾਂਜੀ, ਅਸੀਂ ਨਾ ਹੁਣ ਜਿਹੜੇ ਅੰਬ ਧੋ ਕੇ ਧੁੱਪੇ ਸੁਕਾ ਕੇ ਅੰਦਰ ਆ ਕੇ ਬਹਿ ਗਏ ਹਾਂ। ਉਹ ਪ੍ਰਦੀਪ ਕਹਿੰਦਾ ਨਾ, ਮੇਰਾ ਨਾਂ ਲਓ, ਮੈਂ ਸੋ ਧੋ ਕੇ ਆਇਆ, ਅਤੇ ਇਸ ਕਰਕੇ ਉਹ ਪ੍ਰਦੀਪ ਮੇਰੇ ਲਈ ਝਾਕੀ ਜਾਂਦਾ, ਕਹਿੰਦਾ ਮੇਰਾ ਨਾਂ ਲਓ। ਮੈਂ ਕਿਹਾ ਹਾਂ, ਤੇਰਾ ਨਾਂ ਹੀ ਜ਼ਰੂਰੀ ਹੈ ਕਿਉਂਕਿ ਇਸੇ ਨਹੀਂ ਧੋਤੇ ਆ। ਅਤੇ ਫਿਰ ਉਦੋਂ ਬਾਅਦ ਆਪਾਂ ਗੱਲ ਕਰਦੇ ਹਾਂ ਕੱਲ੍ਹ ਦੀ ਵੀਡੀਓ ਦੀ। ਕੱਲ੍ਹ ਦੀ ਵੀਡੀਓ 'ਤੇ ਆਪਾਂ ਵੀਡੀਓ ਦੇ ਵਿੱਚ ਆਪਾਂ ਇੱਕ ਸਵਾਲ ਕੀਤਾ ਸੀ ਤੁਹਾਡੇ ਨਾਲ, ਬਈ ਔਲੋ ਕਿਹਨੂੰ ਕਹਿੰਦੇ ਆ, ਔਲੋ ਕਾਸ ਕਿਹੜੀ, ਔਲੋ ਸ਼ਬਦ ਕਿਹੜੀ ਜਗ੍ਹਾ ਵਰਤਿਆ ਜਾਂਦਾ। ਅਤੇ ਉਹ ਮੈਨੂੰ ਇੱਕ ਦੋ ਕਮੈਂਟ ਆਏ ਆ ਵੀ ਆਂਟੀ ਸਾਨੂੰ ਨਹੀਂ ਪਤਾ, ਅਤੇ ਚਲੋ ਕੋਈ ਨਾ, ਮੈਂ ਹੀ ਦੱਸ ਦਿੰਦੀ ਹਾਂ। ਔਲੋ ਕਿਹਨੂੰ ਕਹਿੰਦੇ ਹੁੰਦੇ ਆ, ਔਲੋ ਕਰਨਾ ਉਹਨੂੰ ਕਹਿੰਦੇ ਜਦੋਂ ਜਵਾਕ ਚੌੜ ਕਰਦੇ ਫਿਰਦੇ ਹੁੰਦੇ ਨਾ, ਸ਼ਰਾਰਤ ਕਰਦੇ ਆ। ਅਤੇ ਹੁਣ ਤਾਂ ਆਪਾਂ ਕਹਿੰਦੇ ਜਵਾਕੋ ਚੌੜ ਨਾ ਕਰੋ, ਸ਼ਰਾਰਤ ਨਾ ਕਰੋ। ਅਤੇ ਮੇਰੇ ਦਾਦਾ ਜੀ ਸਾਨੂੰ ਐਂ ਕਹਿੰਦੇ ਹੁੰਦੇ ਸੀ ਵੀ ਬੱਚਿਓ ਜਵਾਕੋ ਸ਼ਰਾਰਤ ਨਾ, ਔਲੋ ਨਾ ਕਰੋ, ਸ਼ਰਾਰਤ ਨਹੀਂ ਔਲੋ ਕਹਿੰਦੇ ਹੁੰਦੇ ਸੀ ਸਾਨੂੰ। ਅਤੇ ਉਹ ਸਾਨੂੰ ਨਾ ਇੰਨਾ ਵਧੀਆ ਲੱਗਦਾ ਹੁੰਦਾ ਸੀ ਨਾ, ਜਦੋਂ ਅਸੀਂ ਸ਼ਰਾਰਤ ਕਰਨੀ ਉਹਦੇ ਹੀ ਬਾਪੂ ਜੀ ਨੇ ਕੋਲੇ ਆ ਕੇ ਕਹਿਣਾ, ਫਿਰ ਤੁਸੀਂ ਔਲੋ ਕਰਨ ਲੱਗੇ, ਹਟਦੇ ਨਹੀਂ, ਬਹੁਤ ਔਲੋ ਕਰਦੇ ਤੁਸੀਂ। ਔਲੋ ਦਾ ਮਤਲਬ ਇਹੀ ਹੈ, ਚੌੜ ਨਾ ਕਰੋ, ਸ਼ਰਾਰਤ ਨਾ ਕਰੋ। ਅਤੇ ਜਿਹੜੀ ਆਪਾਂ ਹੁਣ ਵੀਡੀਓ ਪਾਵਾਂਗੇ ਅੰਬਾਂ ਦੇ ਅਚਾਰ ਦੀ, ਹੋ ਸਕਦਾ ਇਹ ਤੁਹਾਨੂੰ ਕੱਲ੍ਹ ਨੂੰ ਦੇਖਣ ਨੂੰ ਮਿਲੇ, ਕਿਉਂਕਿ ਮੈਂ ਨਾ ਦਵਾਈ ਤਾਂ ਲਈ ਹੈ ਪਰ ਮੇਰੀ ਢੂਈ ਦੇ ਵਿੱਚ ਇੰਨਾ ਕੁ ਪੇਨ ਆ, ਮੈਂ ਨਾ ਤੁਰ ਨਹੀਂ ਸਕਦੀ ਚੱਜ ਨਾਲ। ਅੰਬ ਧੋ ਕੇ ਰੱਖ ਲਏ ਆ, ਅਤੇ ਵੀਡੀਓ ਦੇਖਦੇ ਹਾਂ ਕਿਵੇਂ, ਕੱਲ੍ਹ ਨੂੰ ਹੀ ਆਊਗੀ ਹੋ ਸਕਦਾ ਤੁਹਾਡੇ ਕੋਲ। ਹਾਂਜੀ ਦੋਸਤੋ, ਅਤੇ ਹੁਣ ਦੁਪਹਿਰ ਦੇ ਨਾ ਡੇਢ ਦੋ ਵੱਜਣ ਵਾਲੇ ਆ, ਅਤੇ ਆਪਣੇ ਜਿਹੜੇ ਅੰਬ ਤੁਹਾਨੂੰ ਪਹਿਲਾਂ ਵਾਲੀ ਵੀਡੀਓ 'ਚ ਆਪਾਂ ਦਿਖਾਏ ਸੀ ਨਾ, ਅੰਬ ਸੁੱਕਣੇ ਪਏ ਹੋਏ ਆ, ਅਤੇ ਹੁਣ ਲੱਗਦਾ ਅੰਬ ਜਮ੍ਹਾਂ ਸੁੱਕ ਗਏ ਆ। ਅਤੇ ਮੈਂ ਨਾ ਇਹਨਾਂ ਨੂੰ ਸਾਰਿਆਂ ਨੂੰ ਅੰਦਰ ਲੈ ਜਾਂਦਾ, ਕਿਉਂਕਿ ਜ਼ਿਆਦਾ ਦੇਰ ਧੁੱਪੇ ਛੱਡਣੇ ਵੀ ਸਹੀ ਨਹੀਂ। ਫਿਰ ਮੰਮੀ ਕਹਿੰਦੀ ਸੀ ਚੱਲ ਉਹਨਾਂ ਨੂੰ ਚੱਕ ਕੇ ਅੰਦਰ ਲਿਆ, ਬਹੁਤ ਲੱਗ ਗਈ ਧੁੱਪ, ਅਤੇ ਹੁਣ ਮੈਂ ਇਹਨਾਂ ਨੂੰ ਅੰਦਰ ਲੈ ਕੇ ਚੱਲਿਆ।